ਮਿੱਤਰੋ ਕੀ ਹਾਲ ਚਾਲ ਤੁਹਾਡੇ ਸਾਰਿਆਂ ਦਾ ਮੇਰੇ ਯੂਟਿਊਬ ਚੈਨਲ ਜੈ ਮੈਨਰ ਵਲੋਗ 'ਤੇ ਸਵਾਗਤ ਹੈ। ਠੀਕ ਹੈ, ਅੱਜ ਮੈਂ ਤੁਹਾਨੂੰ ਮਿਲਾਉਣ ਜਾ ਰਿਹਾ ਮੇਰੇ ਬੈਸਟ ਫਰੈਂਡ ਮੈਂਡੀ ਦੇ ਨਾਲ। ਠੀਕ ਹੈ ਜੀ, ਆਹ ਦੇਖੋ ਮੇਰਾ ਬੈਸਟ ਫਰੈਂਡ, ਇਹਨੂੰ ਫੜਨਾ ਪੈਂਦਾ। ਇਹ ਹੈਗਾ ਜੀ ਮੇਰਾ ਬੈਸਟ ਫਰੈਂਡ ਮੈਂਡੀ। ਠੀਕ ਹੈ ਜੀ, ਮੈਨੂੰ ਆਇਆ ਸੀ ਬੈਸਟ ਫਰੈਂਡ ਅਤੇ ਐਸੇ ਸੁਣਾਓ। ਮੈਂ ਕਿਹਾ ਮਾਈ ਬੈਸਟ ਫਰੈਂਡ ਨੇਮ ਇਜ਼ ਮੈਂਡੀ। ਆਹ ਦੇਖੋ ਮਾਈ ਬੈਸਟ ਫਰੈਂਡ ਨੇਮ ਇਜ਼ ਮੈਂਡੀ, ਹੀ ਐਜ਼ ਅ 4 ਲੱਤਾਂ। ਠੀਕ ਹੈ ਜੀ, ਬਾਕੀ ਬੋਡੀ ਕੇ ਪਾਰਟ, ਹੀ ਇਜ਼ ਵੈਰੀ ਇਨਸੈਂਟ ਬੋਏ। ਦੇਖੋ ਜੀ, ਕੁੜੀਆਂ ਤੱਕਦਾ ਇਹ, ਕੁੜੀਆਂ ਆਹ ਦੇਖੋ ਜੀ, ਕੁੜੀਆਂ ਤੱਕਦਾ ਪਿਆ ਇਹ। ਸੋ ਜੀ, ਇਨਸਾਨ ਨਾਲੋਂ ਵਧੀਆ ਤਾਂ ਜਾਨਵਰ ਹੈ, ਸਗੋਂ ਵਫਾਦਾਰ ਤਾਂ ਹੁੰਦੇ ਨੇ। ਆਹ ਦੇਖੋ ਮੇਰਾ ਪਕਾੜੀ ਇਹੀ ਆ, ਜਦੋਂ ਮੈਂ ਕੋਈ ਗੱਲ ਕਰਨੀ ਹੋਵੇ ਮਨ ਦੀ, ਹਰੇਕ ਦੇ ਘਰ ਕੁੱਤਾ ਹੋਣਾ ਚਾਹੀਦਾ। ਠੀਕ ਹੈ ਜੀ, ਜਿਵੇਂ ਕਿਸੇ ਨੂੰ ਟੈਨਸ਼ਨ ਹੁੰਦੀ ਹੈ ਨਾ ਖੇਲੇ। ਆਹ ਦੇਖੋ, ਉਹਨੇ ਝਾਕਦਾ ਨਹੀਂ ਇੱਧਰ, ਇਹਨੂੰ ਸ਼ਰਮ ਆਉਂਦੀ ਹੈ ਫੋਟੋ ਖਿਚਾਉਣ 'ਚ। ਇੱਧਰ ਦੇਖੋ ਜੀ, ਦੇਖੋ ਮੈਨੂੰ ਇਹ ਨਹੀਂ ਸਮਝ ਆਉਂਦੀ ਲੋਕਾਂ ਨੇ ਪੱਗ ਅਤੇ ਲੈਬਰੇ ਕੁੱਤੇ ਕਿਉਂ ਰੱਖੇ ਹੋਏ ਨੇ। ਸਾਡੇ ਨਾ ਕਿੱਥੇ ਮੁਹੱਲੇ 'ਚ ਚੋਰੀ ਹੋ ਗਈ, ਬੰਦੇ ਨੇ ਰੱਖਿਆ ਸੀਗਾ ਪੱਗ ਕੁੱਤਾ। ਠੀਕ ਹੈ ਜੀ, ਪੱਗ ਵੀ ਚੱਕ ਕੇ ਲੈ ਗਏ, 10,000 ਰੁਪਇਆ ਵੀ ਚੱਕ ਕੇ ਲੈ ਗਏ, 2 ਦਿਨ ਬਾਅਦ ਉਹ ਪੱਗ ਮੋੜ ਗਏ। ਪੱਗ ਅਤੇ ਲੈਬਰੇ ਕੁੱਤੇ ਰੱਖਣ ਦਾ ਫਾਇਦਾ ਕੋਈ ਨਹੀਂ, ਚੋਰੀ ਕਰਕੇ ਗਿਆ ਕੁੱਤਾ, ਕੁੱਤਾ ਹੀ ਚੋਰੀ ਮੋੜ ਗਿਆ। ਦੇਖ ਲਓ ਜੀ, ਜਿਹੜੇ ਬੰਦੇ ਨੇ ਚੋਰੀ ਕੀਤਾ ਸੀਗਾ ਕੁੱਤਾ ਪੱਗ, ਠੀਕ ਹੈ ਜੀ, 2 ਦਿਨਾਂ ਬਾਅਦ ਕਹਿੰਦਾ ਆ ਲਓ ਜੀ ਤੁਹਾਡਾ ਕੁੱਤਾ, ਸਾਨੂੰ ਨਹੀਂ ਚਾਹੀਦਾ, ਤਾਂ ਖਾਣ ਪੀਣ ਵਾਲੇ ਨੇ, ਤਾਂ ਕਿਸੇ ਨੂੰ ਵੱਟਦੇ ਨਹੀਂ, ਭੌਂਕਦੇ ਨਹੀਂ, ਚੋਰੀ ਹੋ ਗਈ, ਕੁੱਤਾ ਵੀ ਨਾਲ ਚੱਕ ਕੇ ਲਏ, ਕੁੱਤੇ ਨੇ ਭੌਂਕੇ ਨਹੀਂ, ਅਗਲੇ ਦਿਨ ਕੁੱਤਾ ਛੱਡ ਕੇ ਪੈਸੇ ਨਹੀਂ ਮੋੜ ਗਏ। ਕੁੱਤੇ ਉਹ ਰੱਖੋ ਜਿਹੜੇ ਭੌਂਕਣੇ, ਬਹੁਤ ਚਾਲੂ ਆ। ਦੇਖੋ ਹਾਂ, ਦੇਖੋ ਜੀ, ਇਹਨੂੰ ਹੁਣ ਥੋੜ੍ਹਾ ਧੱਕੇ ਨਾਲ, ਨਹੀਂ ਇਹ ਬਹੁਤ ਸ਼ਰਾਰਤਾਂ ਕਰਦਾ ਜੀ ਇਹ, ਦੇਖਿਓ ਹੁਣ ਮੈਂਡੀ ਉਹਦੇ ਹਾਏ ਕਰਦੇ, ਹੈਲੋ ਹੈਲੋ ਕਰਦੇ ਸਾਰਿਆਂ ਨੂੰ। ਆਹ ਦੇਖੋ ਜੀ, ਹੈਲੋ ਕਰਦਾ ਇਹ, ਹੈ ਕੀ ਸਾਡੀ ਪੱਕੀ ਅੜੀ ਆ ਇਹ ਇੱਧਰ ਤੇ, ਇਹਦਾ ਵਿਆਹ ਕਰਾਉਣਾ ਜੀ ਆਪਾਂ, ਕੋਈ ਕੁੜੀ ਹੋਵੇ ਇਹਦੇ ਲਾਇਕ, 8 ਸਾਲ ਦੀ ਉਮਰ ਹੈ ਇਹਦੀ, ਛੋਟੇ ਛੋਟੇ ਪੈਰ ਨੇ। ਠੀਕ ਹੈ, ਇਹ ਮੇਰਾ ਬੈਸਟ ਫਰੈਂਡ ਆ, ਕੁੱਤਾ ਹੀ ਦੁਨੀਆ ਦੇ ਵਫਾਦਾਰ ਆ ਜੀ, ਇਨਸਾਨ ਨਾਲ ਤਾਂ ਵਧੀਆ ਕੁੱਤੇਦਾਰ ਆ, ਕੁੱਤੇ ਆ, ਕੁੱਤੇਦਾਰ ਕਹਿੰਦਾ, ਇਨਸਾਨ ਨਾਲ ਵਧੀਆ ਹੀ ਕੁੱਤਾ। ਦੇਖੋ ਮਤਲਬ